ਹੁਣ ਸਮਾਂ ਹੀ ਇੱਦਾਂ ਦਾ ਆ ਗਿਆ ਕਿ ਔਰਤਾਂ ਭਾਵੇਂ ਜਿਹੜਾ ਮਰਜ਼ੀ ਅੰਦੋਲਨ ਹੋਵੇ ਔਰਤਾਂ ਨੇ ਤਾਂ ਜਾਣਾ ਹੀ ਜਾਣਾ ਬਰਾਬਰ ਹੀ, ਸਮਾਂ ਹੀ ਬਦਲ ਗਿਆ। ਸਪਰੇਆਂ ਆਪ ਕਰਦੀਆਂ, ਬਿਜਾਈ ਆਪ ਕਰਦੀਆਂ, ਸਾਰਾ ਕੁਝ ਕਰਦੀਆਂ। ਅਤੇ ਸਾਡਾ ਪੰਜਾਬ ਦਾ ਮਾਲਵਾ ਖੇਤਰ ਹੈ ਜਿਹੜਾ, ਜਿੱਥੇ ਕਪਾਹ ਹੁੰਦਾ ਜ਼ਿਆਦਾ, ਕਪਾਹ ਦੀ ਖੇਤੀ ਹੈ, ਨਰਮੇ ਦੀ ਜਗ੍ਹਾ, ਤਾਂ ਔਰਤਾਂ ਹੀ ਕਰਦੀਆਂ, ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਔਰਤਾਂ ਕਰਦੀਆਂ। ਇਸ ਕਰਕੇ ਔਰਤ ਵੀ ਤਾਂ ਬਰਾਬਰ ਹੀ ਆ। ਮੇਰੇ ਹਸਬੈਂਡ ਵੀ ਮੇਰੇ ਸਾਥ ਥੇ, ਵੋ ਵੀ ਕਿਸਾਨ ਕੇ ਸਾਥ, ਉਹ ਅਲੱਗ ਤੋ ਘਰ ਮੇ ਹਮ ਦਾਦੀ ਕੇ ਸਾਥ ਛੋੜ ਕੇ ਆਏ, ਦੋਨੋਂ ਬੱਚੋਂ ਕੋ, ਦਾਦੀ ਔਰ ਉਨਕੇ ਜੋ ਚਾਚਾ ਦਾਦਾ ਚਾਚਾ ਹੈ, ਮੇਰੇ ਹਸਬੈਂਡ ਕੇ ਚਾਚਾ ਲੋਕ ਹੈ, ਉਨਕੇ ਪਾਸ ਹਮ ਛੋੜ ਕੇ। ਜਬ ਹਮ ਯਹਾਂ ਪਰ ਆਏ, ਜਬ ਟਰਾਲੀ ਰੁਕੀ ਹੈ, ਤੋ ਯੇ ਸਬਨੇ ਕਹਾ ਕਿ ਬਸ ਅਬ ਯਹਾਂ ਸੇ ਉਤਰ ਕੇ ਪੈਦਲ ਚਲ ਕੇ ਜਾਣਾ ਹੈ। ਤੋ ਹਮ ਔਰ ਹਮਾਰੀ ਪੂਰੀ ਟੀਮ ਬਹਿਨੇ ਜੋ ਝੰਡੇ ਲੈ ਕੇ ਹਮ ਲੋਕ ਬਾਰਡਰ ਕੇ ਤਰਫ ਜਬ ਗਏ, ਤੋ ਵਹਾਂ ਪਰ ਜਬ ਆਸੂ ਗੈਸ ਜੋ ਟੀਅਰ ਗੈਸ ਕੇ ਗੋਲੇ ਜਬ ਫੇਕੇ ਗਏ, ਤੋ ਇੱਕ ਦਮ ਜੋ ਵਹਾਂ ਸੇ ਲੜਕੋ ਕੀ ਜੋ ਥੀ ਨਾ, ਵੋ ਸਭ ਪੀਛੇ ਕੀ ਤਰਫ ਜਬ ਆਏ, ਤੋ ਹਮ ਲੋਕ ਕੇ ਉੱਪਰ ਹੀ ਆ ਗਏ, ਸਭ ਐਸੇ ਧੱਕਾ ਲਗਾ, ਔਰ ਆਧੀ ਜਨੇ ਹਮ ਇਧਰ ਔਰ ਆਧੀ ਇਧਰ, ਔਰ ਵੋ ਜੋ ਮਾਹੌਲ ਥਾ, ਸੋਚਾ ਨਹੀਂ ਥਾ ਕਿ ਐਸਾ ਮਾਹੌਲ, ਹਮਾਰੀ ਆਂਖੇ ਮਰ ਗਈ, ਐਲਰਜੀ ਹੋ ਗਈ। ਤੋ ਤੁਸੀਂ ਕਦੋਂ ਤੱਕ ਬੈਠਾਂਗੇ? ਅਸੀਂ ਬਹਿਣ ਦਾ ਤੇ ਸਾਡਾ ਮਨ ਇਹ ਕਿ ਜਿੰਨਾ ਚਿਰ ਮੋਦੀ ਸਾਹਿਬ ਸਾਨੂੰ ਬਿਠਾ ਲੈਣਗੇ ਅਸੀਂ ਪਵਾਂਗੇ, ਇਹ ਉਹਨਾਂ ਤੇ ਡਿਪੈਂਡ ਕਰਦਾ ਹੈ। ਇਹ ਹੁਣ ਉਹਨਾਂ ਦੀ ਮਰਜ਼ੀ ਹੈ ਕਿ ਕਿੰਨਾ ਚਿਰ ਲੋਕਾਂ ਨੂੰ ਸੜਕਾਂ ਤੇ, ਇੱਥੇ ਵੇਖੋ 7 ਸਾਲ ਦੇ 6 ਸਾਲ ਦੇ ਬੱਚੇ ਤੋਂ ਲੈ ਕੇ 90-90 ਸਾਲ ਦੇ ਸਾਡੇ ਬਜ਼ੁਰਗ ਸੜਕਾਂ ਤੇ ਬੈਠੇ ਆ, ਆ 5 ਡਿਗਰੀ ਸੈਲਸੀਅਸ ਦੇ ਵਿੱਚ ਅਜੇ ਰਾਤਾਂ ਗੱਲਾਂ ਸਾਡੇ।